ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਸੋ ਪਹਿਲਾਂ ਵੀ ਮੈਂ ਆਪਣੀ ਵੀਡੀਓਜ਼ 'ਚ ਦੱਸਿਆ ਕਿ ਮੈਂ ਇੱਕ ਸੰਸਥਾ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹਾਂ। ਸੋ ਇਸ ਟਾਈਮ ਮੈਂ ਮਨੁੱਖਤਾ ਦੀ ਸੇਵਾ ਸੁਸਾਇਟੀ ਵਿੱਚ ਆਈ ਹਾਂ ਅਤੇ ਇੱਥੇ ਮੈਂ ਪਹਿਲਾਂ ਦੱਸਿਆ ਨਹੀਂ ਸੀ ਕਿ ਅੱਜ ਮੈਂ ਆਉਣਾ ਅਤੇ ਮੈਂ ਇੱਥੇ ਸਰਪ੍ਰਾਈਜ਼ ਵਿਜ਼ਿਟ ਕੀਤਾ। ਜਿੱਦਾਂ ਕਿ ਮੈਂ ਸੋਚਿਆ ਹੀ ਸੀ, ਜੋ ਵੀ ਅਸੀਂ ਉਹਨਾਂ ਦੇ ਪੇਜ 'ਤੇ ਮਨੁੱਖਤਾ ਦੀ ਸੁਸਾਇਟੀ ਦਾ ਜੋ ਲੁਧਿਆਣੇ ਵਿੱਚ ਪਿੰਡ ਬਾਰਨਹਾੜਾ ਦੇ ਵਿੱਚ ਇਹਨਾਂ ਨੇ ਇੱਕ ਪੂਰੀ ਸੰਸਥਾ ਇਸਟੈਬਲਿਸ਼ ਕੀਤੀ ਆ। ਸੋ ਬਹੁਤ ਵਾਰੀ ਮੈਂ ਜ਼ਿਕਰ ਕੀਤਾ, ਇਸ ਸੰਸਥਾ ਵਿੱਚ ਜਿਹੜੇ ਵੀ ਲੋਕ ਸੜਕਾਂ 'ਤੇ ਬਿਲਕੁਲ ਮਿਲਦੇ ਨੇ, ਜਿਹੜੇ ਕਿ ਐਕਸਟ੍ਰੀਮ ਬੁਰੀ ਹਾਲਤ ਵਿੱਚ ਨੇ, ਸ਼ਾਇਦ ਉਹਨਾਂ ਲਈ ਇਹ ਇੱਕ ਜ਼ਰੀਆ ਵਾ ਕਿ ਉਹ ਇੱਕ ਅੱਛੀ ਜ਼ਿੰਦਗੀ ਜੀ ਸਕਣ। ਸੋ ਇੱਥੇ ਮੋਰ ਦੈਨ 30 ਪੇਸ਼ੈਂਟਸ ਨੇ ਜਿਹੜੇ ਇਸ ਬਿਲਡਿੰਗ ਵਿੱਚ ਹੈਗੇ ਨੇ ਜਿੱਥੇ ਮੈਂ ਅੱਜ ਵਿਜ਼ਿਟ ਕੀਤਾ। ਸੋ ਬਿਲਕੁਲ ਮੈਂ ਖੁਦ ਵੀ ਆਪਣੀ ਜਗ੍ਹਾ 'ਤੇ ਰਹਿੰਦਿਆਂ ਹੋਏ ਟਾਂਗਰੇ ਵਿੱਚ ਬੈਠੇ, ਹਾਲਾਂਕਿ ਮੈਂ ਖੁਦ ਆਪਣੇ ਮਿਸ਼ਨ 'ਤੇ ਕੰਮ ਕਰ ਰਹੀ ਹਾਂ, ਬਟ ਮੇਰਾ ਵੀ ਦਿਲ ਬਹੁਤ ਜ਼ਿਆਦਾ ਝੰਝੋੜਿਆ ਗਿਆ ਸੀ ਜਦੋਂ ਮੈਂ ਇਸ ਪੇਜ ਨੂੰ ਵੇਖਿਆ। ਲੁਧਿਆਣੇ ਦਾ ਇਹ ਪੇਜ ਹੈ, ਇੱਥੇ ਜਿਹੜੇ ਕਿ ਇਸ ਨੂੰ ਰਨ ਕਰ ਰਹੇ ਨੇ ਉਹਨਾਂ ਨੂੰ ਮੈਂ ਕਦੀ ਮਿਲੀ ਨਹੀਂ। ਗੁਰਪ੍ਰੀਤ ਵੀਰ ਜੀ ਉਹ ਅੱਜ ਇੱਥੇ ਨਹੀਂ ਹੈਗੇ। ਸੋ ਮੈਂ ਇਹਨੂੰ ਡਾਇਰੈਕਟਲੀ ਵਿਜ਼ਿਟ ਕੀਤਾ ਅਤੇ ਡਾਇਰੈਕਟਲੀ ਸਾਰੇ ਪੇਸ਼ੈਂਟਸ ਨਾਲ ਇੰਟਰੈਕਟ ਕੀਤਾ। ਇੱਥੇ ਹਰ ਇੱਕ ਪੇਸ਼ੈਂਟ ਜਿਹੜਾ ਵਾ ਉਹ ਕਿਸੇ ਨੂੰ ਐਕਸਟ੍ਰੀਮ, ਜਿੱਦਾਂ ਕਿ ਕੀੜੇ ਪਏ ਲੈ ਕੇ ਆਏ ਉਹ ਬਹੁਤ ਸਾਰੇ ਪੇਸ਼ੈਂਟਸ ਨੂੰ, ਬਹੁਤ ਸਾਰੇ ਪੇਸ਼ੈਂਟਸ ਜਿਹੜੇ ਆ ਮਾਨਸਿਕ ਤੌਰ 'ਤੇ ਇੰਨੇ ਜ਼ਿਆਦਾ ਪਰੇਸ਼ਾਨ ਨੇ। ਬਿਲਕੁਲ ਤੁਸੀਂ ਇੱਥੇ ਵੇਖੋ ਕਿ ਇੱਥੇ ਕਿੰਨੀ ਜ਼ਿਆਦਾ ਲੋੜ ਹੈ। ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਕਿ ਇਸ ਬਿਲਡਿੰਗ ਦੇ ਅੰਡਰ ਰਹਿ ਰਹੇ ਨੇ। ਇੱਕ ਟੈਂਪਰੇਰੀ ਬਿਲਡਿੰਗ ਹੈ ਇੱਥੇ, ਇਹਨਾਂ ਨੂੰ ਕਿਸੇ ਨੇ ਜਗ੍ਹਾ ਦਾਨ ਕੀਤੀ ਆ ਅਤੇ ਟੈਂਪਰੇਰੀ ਬਿਲਡਿੰਗ ਵਿੱਚ ਰਹਿ ਰਹੇ ਨੇ, ਅਤੇ ਜਿਹੜੇ ਅੰਦਰ ਸਪੇਸ ਨਹੀਂ ਹੈਗੀ ਉਹ ਬਾਹਰ ਇੱਥੇ ਰਹਿ ਰਹੇ ਨੇ। ਬਟ ਇੱਥੇ ਰਹਿੰਦਿਆਂ ਹੋਇਆ ਵੀ ਇੱਕ ਅੱਛੀ ਲਾਈਫ ਜਿਹੜੀ ਆ ਉਹ ਬਤੀਤ ਕਰ ਰਹੇ ਨੇ। ਮੈਂ ਇਹਨਾਂ ਦੀ ਕਿਚਨ ਵੀ ਵੇਖੀ ਆ, ਬਹੁਤ ਅੱਛਾ ਮੇਨਟੇਨਡ ਆ, ਬਿਲਕੁਲ ਕਲੀਨ ਵਾਟਰ ਅਤੇ ਸਭ ਕੁਝ, ਖਾਣਾ ਵਗੈਰਾ ਇੱਥੇ ਅਰੇਂਜ ਕੀਤਾ। ਇੱਥੇ ਹਰ ਜਗ੍ਹਾ ਮੌਜੂਦ ਨੇ, ਦੋ ਜਣਿਆਂ ਨੂੰ ਮੈਂ ਹੁਣੇ ਮਿਲੀ ਹਾਂ ਜਿਹੜੇ ਕਿ ਟੀਮ ਮੈਂਬਰਸ ਨੇ, ਮੈਂ ਤੁਹਾਨੂੰ ਉਹਨਾਂ ਨਾਲ ਮਿਲਾਂਗੀ। ਇੱਕ ਅਮਿਤ ਨੇ ਅਤੇ ਦੂਸਰੇ ਬਿਰਿੰਦਰ ਨੇ। ਸੋ ਇਹ ਸਰ ਖਾਣਾ ਬਣਾਉਂਦੇ ਨੇ ਇੱਥੇ। ਹਾਂ, ਸੋ ਇਹ ਸਾਰੇ ਟੀਮ ਮੈਂਬਰਸ ਨੇ, ਅਸੀਂ ਅੰਦਰ ਜਾ ਕੇ ਵੇਖਾਂਗੇ ਜਿੱਥੇ ਕਿ ਸਾਰੇ ਪੇਸ਼ੈਂਟਸ ਨੇ। ਇੱਕ ਜਣਾ ਨਾਲ, ਹਾਂ। ਸੋ ਲੁਧਿਆਣੇ ਜਿਹੜੇ ਲੋਕ ਰਹਿੰਦੇ ਨੇ, ਮੈਂ ਸੀਰੀਅਸਲੀ ਕਹਿ ਰਹੀ, ਮੈਂ ਪਹਿਲਾਂ ਵੀ ਕਹਿ ਰਹੀ ਸੀ ਕਿ ਤੁਸੀਂ ਪਲੀਜ਼ ਦੂਰ ਦੂਰ ਸੰਸਥਾਵਾਂ ਨੂੰ ਸਪੋਰਟ ਕਰਨ ਦੀ ਜਗ੍ਹਾ ਬਿਲਕੁਲ ਨੇੜੇ ਤੁਹਾਡੀ ਇੰਨੀ ਜ਼ਿਆਦਾ ਜ਼ਰੂਰਤ ਹੈ। ਇਹ ਸ਼ਾਇਦ ਇੱਦਾਂ ਦੇ ਪੇਸ਼ੈਂਟਸ ਨੇ ਜਿਹੜੇ ਕਿ ਖੁਦ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਆਪਣੇ ਘਰ ਦੇ ਵੀ ਹੱਥ ਲਾਉਣ ਨੂੰ ਬਿਲਕੁਲ ਰੈਡੀ ਨਹੀਂ, ਉਹ ਵਾਲੇ ਪੇਸ਼ੈਂਟਸ ਦੀ ਇੱਥੇ ਕੇਅਰ ਕਰ ਰਹੇ ਨੇ। ਮੈਂ ਬਿਲਕੁਲ
ਬਹੁਤ ਹੀ ਜ਼ਿਆਦਾ ਨੈੱਟ 'ਤੇ ਦੇਖ ਦੇਖ ਕੇ ਇੰਨੀ ਜ਼ਿਆਦਾ ਇਸ ਸੰਸਥਾ ਤੋਂ ਇੰਪ੍ਰੈਸ ਹਾਂ ਕਿ ਐਕਸਟ੍ਰੀਮ ਹਾਲਾਤਾਂ ਵਿੱਚ ਜਦੋਂ ਕਿ ਕੋਈ ਸਾਨੂੰ ਆ ਫੀਲ ਹੁੰਦਾ ਕਿ ਇਹ ਪੇਸ਼ੈਂਟ ਨੂੰ ਕੌਣ ਹੱਥ ਲਾਏਗਾ ਜਾਂ ਪੂਰਾ ਬਰਨਟ ਸਰੀਰ ਆ, ਇੰਨੇ ਵਾਰਮਸ ਨੇ, ਇੰਨੇ ਦੇ ਲੱਤਾਂ ਵਿੱਚ ਕੱਟਣੇ ਪੈਂਦੇ ਨੇ ਅੰਗ, ਅਤੇ ਫਿਰ ਜਾ ਕੇ ਇਹਨੂੰ ਉਹਨਾਂ ਨੂੰ ਰਾਹਤ ਮਿਲ ਰਹੀ ਆ। ਅਤੇ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕਰਨਾ ਇੰਡੀਆ ਵਿੱਚ ਵੈਸੇ ਬਹੁਤ ਕੋਸਟਲੀ ਕੰਮ ਆ, ਸ਼ਾਇਦ ਇਸੇ ਕਰਕੇ ਇਹਨਾਂ ਲਈ ਫਾਸਟ ਗਰੋ ਕਰਨਾ ਵੀ ਔਖਾ ਵਾ, ਕਿਉਂਕਿ ਮੈਡੀਕਲ ਫੈਸਿਲਿਟੀਜ਼ 'ਤੇ ਵੀ ਕਿੰਨਾ ਜ਼ਿਆਦਾ ਸਾਨੂੰ ਸਪੈਂਡ ਕਰਨਾ ਪੈਂਦਾ। ਹਜੇ ਕਿ ਮੈਂ ਬਹੁਤ ਜ਼ਿਆਦਾ ਇੰਟਰਨਲੀ ਨਹੀਂ ਜਾਣਿਆ ਔਰਗਨਾਈਜੇਸ਼ਨ ਨੂੰ, ਬਟ ਇੱਥੇ ਜੇ ਤੁਸੀਂ ਵਿਜ਼ਿਟ ਕਰੋ ਤਾਂ ਖੁਦ ਹੀ ਸਾਰਾ ਕੁਛ ਜਿਹੜਾ ਵਾ ਤੁਹਾਡੇ ਸਾਹਮਣੇ ਹੀ ਜਿਹੜਾ ਦਿਖਦਾ। ਸੋ ਆਪਾਂ ਅੰਦਰ ਜਾ ਕੇ ਦੇਖਦੇ ਹਾਂ, ਜਸਟ ਆਪਾਂ ਇੱਕ ਵਿਊ ਲਵਾਂਗੇ। ਸੋ ਇੰਨੇ ਜਾਣੇ ਇੱਥੇ ਰਹਿ ਰਹੇ ਨੇ, ਨੀਅਰਲੀ 30-40 ਜਾਣੇ ਜਿਹੜੇ ਕਿ ਇੰਨੀ ਸ਼ਾਂਤੀ ਨਾਲ ਇੰਨੇ ਕਾਮ ਹੋ ਕੇ ਇਕੱਠੇ ਬਹਿ ਕੇ ਕੰਮ ਕਰ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਇੰਟੈਂਸ਼ਨਲੀ ਮੈਂ ਇੱਥੇ ਸਰਪ੍ਰਾਈਜ਼ ਵਿਜ਼ਿਟ ਕੀਤਾ, ਕਿਸੇ ਨੂੰ ਵੀ ਨਹੀਂ ਪਤਾ ਕਿ ਅੱਜ ਮੈਂ ਇੱਥੇ ਆਉਣਾ। ਸੋ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਅੱਛਾ ਰਿਹਾ ਹੈ। ਮੈਂ ਜਿੰਨੇ ਵੀ ਲੁਧਿਆਣੇ ਵਿੱਚ ਰਹਿ ਰਹੇ, ਇੰਨਾ ਫੇਮਸ ਆ ਲੁਧਿਆਣਾ ਕਿ ਇੰਡਸਟਰੀਅਲਿਸਟ ਦਾ ਪੂਰਾ ਹੱਬ ਆ। ਸੋ ਬਿਲਕੁਲ ਤੁਹਾਡੇ ਲਾਗੇ ਹੀ ਇੰਨੀ ਅੱਛੀ ਸੰਸਥਾ ਹੈ ਜਿਹਨੂੰ ਕਿ ਇੰਨੀ ਜ਼ਿਆਦਾ ਸ਼ਾਇਦ ਲੋੜ ਆ। ਅਤੇ ਮੈਂ ਤੁਹਾਨੂੰ ਦੱਸਿਆ ਕਿ ਮੈਡੀਕਲ ਫੈਸਿਲਿਟੀਜ਼ ਸ਼ਾਇਦ ਬਹੁਤ ਕੋਸਟਲੀ ਨੇ, ਇੰਨੇ ਜਾਣਿਆਂ ਦਾ ਸੜਕਾਂ 'ਤੇ ਰੁਲਣਾ, ਅਤੇ ਉਸ ਤੋਂ ਬਾਅਦ ਇੱਥੇ ਆ ਕੇ ਇੰਨੇ ਆਰਾਮ ਨਾਲ ਲੰਮੇ ਪਏ ਹੋਣਾ ਚੁੱਪ ਚਾਪ, ਸ਼ਾਇਦ ਕਿਸੇ ਦੇ ਪੀੜ ਵੀ ਹੋ ਰਹੀ ਅਤੇ ਅੰਦਰ ਹੀ ਅੰਦਰ ਸਹਿ ਰਿਹਾ, ਪਰ ਉਹਦੇ ਮਨ ਨੂੰ ਸਕੂਨ ਤਾਂ ਹੈਗਾ। ਸੋ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਲੁਧਿਆਣੇ ਦੇ ਲਾਗੇ ਜਿਹੜੇ ਜਿੰਨੇ ਵੀ ਘਰ ਨੇ ਜਾਂ ਜਿੰਨੇ ਵੀ ਲੋਕ ਨੇ ਜਿਹੜੇ ਕਿ ਮੈਨੂੰ ਸੁਣ ਰਹੇ ਨੇ ਜਾਂ ਮੇਰੇ ਪੇਜ 'ਤੇ ਆ, ਰਾਦਰ ਦੈਨ ਕਿ ਤੁਸੀਂ ਸਿਰਫ ਇੱਕ ਜਾਣੇ ਨੂੰ ਐਪਰੀਸ਼ੀਏਟ ਕਰੋ, ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜੋ ਵੀ ਅੱਛੇ ਕਦਮ ਆਪਣੀ ਲਾਈਫ 'ਚ ਲੈ ਰਹੇ ਅਸੀਂ ਸਾਰਿਆਂ ਨੂੰ ਐਪਰੀਸ਼ੀਏਟ ਕਰੀਏ। ਮੋਸਟਲੀ ਇੱਥੇ ਜਿਹੜੇ ਸਟਾਫ ਆ ਬਿਲਕੁਲ ਯੰਗ ਆ, ਯੰਗ ਬੋਇਜ਼ ਆ ਜਿਹੜੇ ਕਿ ਇੱਥੇ ਕੰਮ ਕਰ ਰਹੇ ਨੇ। ਆਪਣੀ ਇਸ ਉਮਰ ਵਿੱਚ ਬਾਹਰ ਕਾਰਾਂ 'ਚ ਘੁੰਮਣਾ ਫਿਰਨਾ ਛੱਡ ਕੇ, ਪੂਰਾ ਆਪਣਾ ਇੰਜੋਇਮੈਂਟ ਛੱਡ ਕੇ, ਅਤੇ ਇੱਥੇ ਮੈਂ ਕਹਿ ਰਹੀ ਕਿ ਤੁਸੀਂ ਇੱਕ ਦਿਨ ਆ ਕੇ 1-2 ਘੰਟੇ ਸਪੈਂਡ ਕਰਕੇ ਵੇਖੋ। ਇੰਨੇ ਕਾਲਜਿਸ ਆ ਲੁਧਿਆਣੇ 'ਚ, ਇੰਨੇ ਜਾਣੇ ਨੇ, ਕੀ ਤੁਸੀਂ ਆਪਣਾ ਇੱਕ ਸੰਡੇ ਕੱਢ ਕੇ ਇੱਥੇ ਆ ਸਕਦੇ ਹੋ? ਤੁਸੀਂ ਇਸ ਬਾਰੇ ਸੋਚੋ ਕਿ ਤੁਸੀਂ ਇਹਨਾਂ ਦੀ ਕਿਚਨ ਵਿੱਚ ਕੰਮ ਕਰਕੇ ਜਾਂ ਆਪਣੇ ਘਰੋਂ ਖਾਣਾ ਲਿਆ ਕੇ ਤੁਸੀਂ ਪਹਿਲਾਂ ਕਾਲ ਕਰੋ, ਇਹਨਾਂ ਨੂੰ ਸਰਵ ਕਰੋ। ਸੋ ਲੈਟਸ ਹੈਵ ਸੋਸ਼ਲ ਪਿਕਨਿਕਸ ਨਾਓ ਕਿ ਬਿਲਕੁਲ ਤੁਸੀਂ ਜੇ ਮੈਨੂੰ ਸੁਣ ਰਹੇ ਹੋ ਇਸ ਟਾਈਮ, ਲੁਧਿਆਣੇ ਦੇ ਜਿਹੜੇ ਲੋਕ ਆ ਜਾਂ ਇਸ ਸੰਸਥਾ ਦੇ ਆਲੇ ਦੁਆਲੇ ਜਿਹੜੇ ਲੋਕ ਆ, ਪਲੀਜ਼ ਅਸੀਂ ਇਹ ਕਰੀਏ ਕਿ ਅਸੀਂ ਆਪਣਾ ਕੋਈ ਨਾ ਕੋਈ ਡੇ ਰੱਖੀਏ, ਜਿੱਦਾਂ ਕਿ ਸਾਡਾ ਹੀ ਕੋਈ ਹੋਸਪਿਟਲ 'ਚ ਜਾਂਦਾ ਅਤੇ ਅਸੀਂ ਕਿੱਦਾਂ ਉਹਦੇ ਵਿੱਚ ਤੇ ਪੂਰਾ ਟੱਬਰ ਹੀ ਖਾਣੇ ਦਾ ਖਾਣਾ ਜਾਂ ਪੂਰੇ ਰਿਲੇਟਿਵਸ ਹੀ ਖਾਣੇ ਦਾ ਖਾਣਾ ਲੈ ਕੇ ਜਾ ਰਹੇ ਨੇ, ਕਿ ਕਿਤੇ ਕਿਤੇ ਨਾ ਕਿਤੇ ਅਸੀਂ ਸੰਸਥਾ ਦੀ ਕੋਸਟ ਸੇਵ ਕਰੀਏ ਤਾਂ ਕਿ ਮੈਡੀਕਲ ਫੈਸਿਲਿਟੀਜ਼ ਅੱਛੀਆਂ ਦਿੱਤੀਆਂ ਜਾ ਸਕਣ। ਕੋਈ ਜ਼ਿਆਦਾ ਸਾਹ ਲੈ ਲਏਗਾ ਅਤੇ ਫਿਰ ਸਾਨੂੰ ਵੀ ਬਹੁਤ ਜ਼ਿਆਦੀਆਂ ਦੁਆਵਾਂ ਮਿਲਣਗੀਆਂ ਕੋਈ ਜ਼ਿਆਦਾ ਚਿਰ ਜੀ ਲਏਗਾ ਤੇ। ਸੋ ਸੋਸ਼ਲ ਪਿਕਨਿਕਸ ਕਰੋ, ਇੱਥੇ ਬਹੁਤ ਅੱਛਾ ਜਗ੍ਹਾ ਹੈਗੀ ਆ, ਐਵਰੀਥਿੰਗ ਇਜ਼ ਗੁੱਡ। ਸੋ ਆਪਣੇ ਘਰੋਂ ਖਾਣਾ ਬਣਾਓ
ਤੇ ਜਾਂ ਪਹਿਲਾਂ ਇਹਨਾਂ ਨੂੰ ਦੱਸੋ ਕਿ ਅੱਜ ਅਸੀਂ ਕਿੰਨੇ ਮੈਂਬਰ ਆ। ਸੋ ਇੱਥੇ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ, ਬਹੁਤ ਜ਼ਰੂਰੀ ਆ ਲਾਈਫ 'ਚ ਹਰ ਚੀਜ਼ ਇੰਜੋਏ ਕਰਨਾ, ਬਿਕੋਜ਼ ਅਸੀਂ ਅੱਛਾ ਕਮਾਉਂਦੇ ਹਾਂ, ਤੁਸੀਂ ਅੱਛਾ ਕਮਾਉਂਦੇ ਹੋ, ਬਟ ਬੱਚਿਆਂ ਨੂੰ ਜ਼ਮੀਨ 'ਤੇ ਰੱਖਣਾ ਵੀ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚਿਆਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਲਾਈਫ 'ਚ ਦੂਸਰੇ ਲੋਕ ਕਿੱਦਾਂ ਸਟਰਗਲ ਕਰ ਰਹੇ ਨੇ, ਕਿੰਨੀ ਪੀੜ ਸਹਿ ਰਹੇ ਨੇ, ਕਿੱਦਾਂ ਕਿੱਦਾਂ ਦੀ ਲਾਈਫ ਬਤੀਤ ਕਰ ਰਹੇ ਨੇ, ਅਤੇ ਸਾਨੂੰ ਅਸੀਂ ਕਿੰਨੇ ਫੋਰਚੁਨੇਟ ਹਾਂ, ਕਿੰਨੇ ਜ਼ਿਆਦਾ ਖੁਸ਼ਕਿਸਮਤ ਹਾਂ ਕਿ ਅਸੀਂ ਪੂਰੀਆਂ ਲਗਜ਼ਰੀਜ਼ ਇੰਜੋਏ ਕਰ ਰਹੇ ਹਾਂ। ਸੋ ਆਪਣੀ ਫੈਮਿਲੀ ਨਾਲ ਵਿਜ਼ਿਟ ਕਰੋ ਇੱਥੇ, ਅਤੇ ਛੋਟਾ ਛੋਟਾ ਕੰਟਰੀਬਿਊਸ਼ਨ ਕਰਦੇ ਰਹੋ ਤਾਂ ਕਿ ਇੱਥੇ ਵੀ ਬਾਕੀਆਂ ਨੂੰ ਇਨਕਰੇਜਮੈਂਟ ਮਿਲੇ। ਜਦੋਂ ਮੈਂ ਇੱਥੇ ਆਉਣਾ ਸੀ, ਸ਼ਾਇਦ ਮੈਂ ਸੋਚਿਆ ਸੀ ਕਿ ਜੇ ਮੈਂ ਇੰਨੀ ਇੰਪ੍ਰੈਸ ਹਾਂ, ਇੱਥੇ ਬਹੁਤ ਜਾਣੇ ਹੋਰ ਆਉਂਦੇ ਹੋਣਗੇ ਜਾਂ ਹੋਣਗੇ, ਬਟ ਮੈਂ ਦੇਖ ਰਹੀ ਕਿ ਇੱਥੇ ਕੋਈ ਵੀ ਨਹੀਂ ਹੈਗਾ, ਇਹ ਸਿਰਫ ਸਟਾਫ ਹੀ ਆ ਅਤੇ ਪੇਸ਼ੈਂਟਸ ਹੀ ਆ। ਸੋ ਇਹ ਐਟੀਟਿਊਡ ਨਹੀਂ ਹੋਣਾ ਚਾਹੀਦਾ ਸੋਸਾਇਟੀ ਦਾ, ਸੋਸਾਇਟੀ ਨੂੰ ਅੱਗੇ ਆਉਣਾ ਪਏਗਾ। ਤੁਸੀਂ ਸਾਰੇ ਅੱਗੇ ਆਓ ਅਤੇ ਵੱਧ ਚੜ੍ਹ ਕੇ ਜਿਹੜੀ ਮਦਦ ਕਰੋ ਦੂਸਰੇ ਸਿਟੀਜ਼ ਦੇ ਲੋਕ ਜਾਂ NRIs ਉੱਥੋਂ ਹੈਲਪ ਕਰਕੇ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਗੇ। ਉਸ ਤੋਂ ਚੰਗਾ ਕਿ ਮੈਂ ਕਹਿ ਰਹੀ ਕਿ ਜਿਹੜੇ ਲੋਕਲ ਆ, ਲੁਧਿਆਣਾ ਸ਼ਹਿਰ ਆ, ਪੰਜਾਬ ਆ, ਅਸੀਂ ਕਿਉਂ ਨਾ ਆਪਣੀਆਂ ਸੰਸਥਾਵਾਂ ਨੂੰ ਖੁਦ ਹੀ ਹੈਲਪ ਕਰ ਦਈਏ। ਸੋ ਇਸ ਸੰਸਥਾ ਨੂੰ ਜਿਵੇਂ ਕਿ ਮੇਰਾ ਮਿਸ਼ਨ ਆ, ਸ਼ਾਇਦ ਉਹ ਵੀ ਬਹੁਤ ਪਿੱਛੇ ਰਹਿ ਜਾਂਦਾ, ਇੱਕ ਸ਼ੂ ਦੇਣਾ ਅਤੇ ਇੱਕ ਬਿਲਕੁਲ ਹੀ ਪੂਰੀ ਸੱਟ ਲੱਗੀ ਹੋਣੀ ਅਤੇ ਓਪਰੇਸ਼ਨਸ ਕਰਾਉਣੇ, ਇੰਨੀ ਪੀੜ ਸਹਿਣੀ, ਦਵਾਈਆਂ ਦੇਣੀਆਂ। ਸੋ ਉਹ ਤਾਂ ਮੈਂ ਕਹਿੰਦੀ ਹਾਂ ਕਿ ਬਿਲਕੁਲ ਪੀਕ ਆ ਜਿਹੜੀ ਇਨਸਾਨੀਅਤ ਦੀ। ਸੋ ਉਹਦੇ ਵਿੱਚ ਅਸੀਂ ਸਾਰਿਆਂ ਨੇ ਹਿੱਸਾ ਪਾਉਣਾ। ਇਹ ਮੇਰੀ ਬਿਲਕੁਲ ਅਨਬਾਇਸਡ ਵੀਡੀਓ ਆ, ਮੇਰਾ ਇਸ ਸੰਸਥਾ ਨਾਲ ਕੋਈ ਡਾਇਰੈਕਟ ਲਿੰਕ ਨਹੀਂ ਆ। ਮੈਂ ਤੁਹਾਨੂੰ ਇਹ ਦੱਸ ਰਹੀ ਕਿ ਮੈਂ ਖੁਦ ਇਸ ਚੀਜ਼ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹਾਂ। ਮੈਂ ਪੂਰਾ ਐਪਰੀਸ਼ੀਏਟ ਕਰਦੀ ਹਾਂ ਇਸ ਪੇਜ ਨੂੰ। ਇਸ ਪੇਜ ਨੂੰ ਲਾਈਕ ਕਰੋ ਅਤੇ ਸ਼ਾਇਦ ਤੁਹਾਡੇ ਅੰਦਰ ਵੀ ਬਹੁਤ ਪੂਰਾ ਤੁਹਾਡਾ ਜੀ ਹਲੂਣਿਆ ਜਾਏਗਾ ਕਿ ਹਾਂ ਵਾਕਈ ਅਸੀਂ ਕਿੰਨੇ ਲੱਕੀ ਹਾਂ। ਸੋ ਮੇਰੀ ਰਿਕੁਐਸਟ ਆ ਕਿ ਮੈਂ ਸ਼ਾਇਦ ਆਪਣੀ ਨੈਕਸਟ ਪੋਸਟ 'ਤੇ ਇਸ ਪੇਜ ਦਾ ਲਿੰਕ ਸ਼ੇਅਰ ਕਰਾਂਗੀ। ਐਵਰੀਬਡੀ ਹੈਜ਼ ਟੂ ਲਾਈਕ ਦੈਟ ਪੇਜ, ਬਿਕੋਜ਼ ਇਹੋ ਜਿਹੇ ਪੇਜਿਸ ਸ਼ਾਇਦ ਮੇਰੇ ਲਈ ਵੀ ਜਾਂ ਸਾਡੇ ਲਈ ਵੀ ਇੱਕ ਪੂਰਾ ਇੱਕ ਸਾਡੇ ਲਈ ਪੂਰੇ ਸਾਡੇ ਗਾਈਡ ਵਾਂਗੂ ਆ ਕਿ ਹਾਂ ਇਸ ਤੋਂ ਮਤਲਬ ਇਸ ਤਰ੍ਹਾਂ ਦਾ ਕੰਮ ਵੀ ਸਾਰੇ ਕਰ ਰਹੇ ਨੇ, ਇੰਨੀ ਜ਼ਿਆਦਾ ਵੱਧ ਚੜ੍ਹ ਕੇ ਹੈਲਪ ਕਰ ਰਹੇ ਨੇ, ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਕੰਮ ਕਰ ਰਹੇ ਨੇ। ਬਹੁਤ ਔਖਾ ਹੈ, ਤਰ੍ਹਾਂ ਤਰ੍ਹਾਂ ਦੇ ਸਾਰਿਆਂ ਨੂੰ ਡਿਜ਼ੀਜ਼ ਨੇ, ਅਤੇ ਆਪਣੀ ਜਾਨ ਨੂੰ ਪੂਰਾ ਜੋਖਮ 'ਚ ਪਾ ਕੇ ਹਰ ਟਾਈਮ 'ਤੇ ਕੋਈ ਦਸਤਾਨੇ ਨਹੀਂ ਪਾ ਸਕਦਾ, ਹਰ ਤਰ੍ਹਾਂ ਨਾਲ ਦੂਜੇ ਨੂੰ ਹੈਲਪ ਕਰਨੀ, ਕਈਆਂ ਨੂੰ ਯੂਰੀਨੇਟ ਕਰਾਉਣਾ ਪੈਂਦਾ ਉੱਥੇ, ਕਈਆਂ ਨੂੰ ਉੱਥੇ ਹੀ ਉਹ ਟੋਇਲਟ ਜਾ ਰਹੇ ਨੇ ਆਪਣੀ ਬੈੱਡ 'ਤੇ। ਸੋ ਬਹੁਤ ਔਖਾ ਹੈ, ਆਪਣੇ ਘਰਦਿਆਂ ਲਈ ਕਰਨਾ ਇੰਨਾ ਔਖਾ ਹੋ ਜਾਂਦਾ ਹੈ ਕਿ, ਪਰ ਇਹ ਸਾਰੇ ਦੂਸਰਿਆਂ ਲਈ ਕਰ ਰਹੇ ਨੇ। ਸੋ ਇੱਥੇ ਕੋਈ ਵਲੰਟੀਅਰ ਨਹੀਂ ਹੈਗੇ ਖਾਸ, ਕੋਈ ਹੈਲਪ ਕਰਨ ਲਈ ਨਹੀਂ ਹੈਗੇ। ਬੋਇਜ਼ ਸਪੈਸ਼ਲੀ ਪਲੀਜ਼ ਕਮ ਫੋਰਵਰਡ ਅਤੇ ਆਪਣਾ ਟਾਈਮ ਕੱਢੋ ਅਤੇ ਆਪਣੇ ਆਪ 'ਚ ਅੱਛਾ ਫੀਲ ਕਰੋ। ਡੈਫੀਨੇਟਲੀ ਤੁਹਾਨੂੰ ਤੁਹਾਡਾ ਦਿਨ ਅੱਛਾ ਜਾਏਗਾ, ਤੁਹਾਨੂੰ ਅੱਛੀ ਨੀਂਦ ਆਏਗੀ ਕਿ ਹਾਂ ਮੈਂ ਅੱਜ ਕੋਈ ਚੰਗਾ ਕੰਮ ਕੀਤਾ। ਸੋ ਪੂਰਾ ਆਪਾਂ ਇਹ ਕਰਨਾ ਕਿ ਅਸੀਂ ਵੱਧ ਚੜ੍ਹ ਕੇ ਇਸ ਸੰਸਥਾ ਨੂੰ ਵਿਜ਼ਿਟ ਕਰਨਾ ਹੈ, ਇੱਥੇ ਵਾਲੰਟੀਅਰ ਕਰਨਾ ਹੈ। ਸਾਰੇ ਦੇਖੋ ਇੱਥੇ ਬੋਰ ਹੋ ਰਹੇ ਨੇ, ਬਸ ਆਪਣੇ ਬੈੱਡ 'ਤੇ ਬੈਠੇ ਨੇ, ਦੋ ਘੜੀ ਤੁਸੀਂ ਗੱਲਾਂ ਹੀ ਕਰ ਜਾਓ, ਇੰਨਾ ਹੀ ਬਹੁਤ ਆ। ਤੁਹਾਡੇ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਮੰਗ ਰਿਹਾ, ਉੱਦਾਂ ਹੀ ਤੁਸੀਂ ਬਹੁਤ ਜ਼ਿਆਦਾ ਹੈਲਪ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ, ਅਤੇ ਮੇਰੇ ਕਹਿਣ 'ਤੇ ਪਲੀਜ਼ ਤੁਸੀਂ ਇੱਥੇ ਵਿਜ਼ਿਟ ਕਰੋ। ਅਤੇ ਸ਼ਾਇਦ ਮੈਂ ਵੀ ਇੰਨਾ ਜ਼ਿਆਦਾ ਟੱਚ ਹੋ ਗਈ ਹਾਂ ਕਿ ਜਦੋਂ ਵੀ ਮੈਂ ਇੱਥੇ ਲੁਧਿਆਣੇ ਆਵਾਂਗੀ ਅਤੇ ਮੈਂ ਇਸ ਸੰਸਥਾ ਨੂੰ ਜ਼ਰੂਰ ਵਿਜ਼ਿਟ ਕਰਾਂਗੀ, ਕਿਉਂਕਿ ਇਹ ਮੇਰੇ ਲਈ ਬਹੁਤ ਵੱਡੀ ਮੋਟੀਵੇਸ਼ਨ ਆ। ਸੋ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ, ਧੰਨਵਾਦ।